Ребята, ну ставте о! Чаве кори мате о! Престам те ни нокри ден ел саркар муртапад! Муртапад, муртапад! Е саркар ра кар дия ки! Ера бери часо ви! ਦੇਖੋ ਜੀ 99 ਦਿਨ ਹੋ ਚੱਲੇ ਨੇ 99 ਡੇਜ਼ ਹੋ ਚੱਲੇ ਨੇ ਸਾਡੇ ਸਾਥੀ ਨੂੰ ਜਿਹੜਾ ਟਾਵਰ ਦੇ ਉੱਪਰ ਡਟਿਆ ਹੋਇਆ ਤੇ 98 ਦਿਨ ਹੋ ਚੱਲੇ ਨੇ ਜਿਹੜਾ ਮਰਨ ਵਰਤ ਤੇ ਬੈਠਾ ਹੋਇਆ ਸਾਥੀ ਤਾਂ ਸਾਡੇ ਸਾਥੀ ਦੀ ਹਾਲਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਜਿਹੜੀ ਉਹ ਗੰਭੀਰ ਹੋ ਚੁੱਕੀ ਹੈ ਕੱਲ੍ਹ ਤੋਂ ਲੈ ਕੇ ਸਵੇਰ ਤੋਂ ਲੈ ਕੇ ਅਸੀਂ ਪ੍ਰਸ਼ਾਸਨ ਦੇ ਨਾਲ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨਾਲ ਜਿਹੜਾ ਉਹ ਰਾਬਤਾ ਬਣਾਇਆ ਹੋਇਆ ਹੈ ਪਰੰਤੂ ਜਿਹੜਾ ਸਿਵਲ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਜਿਹੜਾ ਅਧਿਕਾਰੀ ਹੈ ਉਹ ਸਾਡੇ ਕੋਲ ਟਾਵਰ ਦੇ ਨੀਚੇ ਨਹੀਂ ਪਹੁੰਚਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜ਼ਰੂਰ ਕੋਸ਼ਿਸ਼ ਕੀਤੀ ਗਈ ਹੈ ਵੀ ਕੋਈ ਨਾ ਕੋਈ ਡਾਕਟਰ ਜਿਹੜਾ ਉੱਪਰ ਭੇਜ ਕੇ ਤਾਂ ਇਸ ਦੇ ਟੈਸਟ ਕਰਵਾਏ ਜਾਣ ਪਰੰਤੂ ਕੋਈ ਵੀ ਡਾਕਟਰ ਜਿਹੜਾ ਪਟਿਆਲੇ ਦੇ ਵਿੱਚੋਂ ਟਾਵਰ ਦੇ ਉੱਪਰ ਚੜ੍ਹਨ ਦੇ ਲਈ ਰਾਜ਼ੀ ਨਹੀਂ ਹੋਇਆ ਫਿਰ ਸਾਡਾ ਸਾਥੀ ਇੱਕ ਜਿਹੜਾ ETT ਟੈਟ ਪਾਸ ਹੈ ਉਹਨਾਂ ਦੇ ਬ੍ਰਦਰ ਜਿਹੜੇ ਉਹ ਲੈਬ ਦੇ ਵਿੱਚ ਕੰਮ ਕਰਦੇ ਸੀਗੇ ਉਹਨਾਂ ਦੇ ਨਾਲ ਪ੍ਰੈਕਟਿਸ ਕਰ ਰਿਹਾ ਤਾਂ ਉਹ ਸਾਡਾ ਸਾਥੀ ਮਜਬੂਰਨ ਹੋ ਕੇ ਜਿਹੜਾ ਸਾਡੇ ਸਾਥੀ ਦੀ ਸਿਹਤ ਵੱਲੇ ਦੇਖਦੇ ਹੋਏ ਤਾਂ ਟਾਵਰ ਦੇ ਉੱਪਰ ਚੜ੍ਹਿਆ ਤਾਂ ਉਸਦਾ ਜਿਹੜਾ ਬਲੱਡ ਜਿਹੜਾ ਸੈਂਪਲ ਲੈ ਕੇ ਨੀਚੇ ਆਇਆ ਉਸ ਜੋ ਸਾਡੀ ਜਿਹੜੀ ਜਥੇਬੰਦੀ ਦੇ ਵੱਲੋਂ ਜਿਹੜਾ ਉਹ ਰਿਪੋਰਟ ਕਰਵਾਈ ਗਈ ਜਿਸ ਦੇ ਵਿੱਚ ਸਾਡੇ ਸਾਥੀ ਦਾ ਸ਼ੂਗਰ ਲੈਵਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਉਹ ਲੋ ਆਇਆ ਜਿਹਦੇ ਕਿ 40% ਜਿਹੜਾ ਸ਼ੂਗਰ ਲੈਵਲ ਜਿਹੜਾ ਰਹਿ ਗਿਆ ਸੀਗਾ ਜਿਸ ਤੋਂ ਡਾਕਟਰਾਂ ਵੱਲੋਂ ਸਲਾਹ ਲਈ ਗਈ ਕਿ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਜੇਕਰ ਇਸ ਤੋਂ ਰਤਾ ਭਰ ਵੀ ਕੋਈ ਡਾਊਨ ਹੁੰਦੀ ਹੈ ਸ਼ੂਗਰ ਲੈਵਲ ਤਾਂ ਕਿਸੇ ਟਾਈਮ ਵੀ ਕੋਈ ਅਟੈਕ ਜਿਹੜਾ ਆ ਸਕਦਾ ਤੇ ਕਿਸੇ ਟਾਈਮ ਵੀ ਜਿਹੜੀ ਉਸਦੀ ਮੌਤ ਜਿਹੜੀ ਹੈ ਹੋ ਸਕਦੀ ਹੈ ਪਰੰਤੂ ਸਰਕਾਰ ਵੱਲੋਂ 2 ਦਿਨ ਹੋ ਚੱਲੇ ਨੇ ਰਤਾ ਭਰ ਵੀ ਜਿਹੜੀ ਉਹ ਸਾਰ ਨਹੀਂ ਲਈ ਜਾ ਰਹੀ 2 ਘੰਟੇ ਪਹਿਲਾਂ ਸਾਡੇ ਕੋਲ ਤਹਿਸੀਲਦਾਰ ਸਾਹਿਬ ਪਹੁੰਚੇ ਸੀਗੇ ਉਹ ਕਹਿ ਰਹੇ ਸੀਗੇ ਕਿ ਤੁਹਾਡੀ ਜਿਹੜੀ ਆਵਾਜ਼ ਹੈ ਅਸੀਂ ਸਰਕਾਰ ਤੱਕ ਨੂੰ ਪਹੁੰਚਾਉਣੇ ਆ ਮੰਤਰੀ ਸਾਹਿਬ ਤੱਕ ਪਹੁੰਚਾਉਣੇ ਆ ਤੇ ਤੁਹਾਡੀ ਗੱਲਬਾਤ ਜਿਹੜੀ ਹੈ ਮੰਤਰੀ ਸਾਹਿਬ ਨਾਲ ਕਰਾਉਣੇ ਆ ਪਰੰਤੂ ਹਜੇ ਤੱਕ ਵੀ ਸਾਨੂੰ ਕੋਈ ਵੀ ਮੈਸੇਜ ਜਿਹੜਾ ਉਹ ਨਹੀਂ ਲੱਗਿਆ ਮਜਬੂਰਨ ਹੋ ਕੇ ਸਾਨੂੰ ਸ਼ਰਟਾਂ ਉਤਾਰ ਕੇ ਜਿਹੜਾ ਇਹ ਪ੍ਰੋਟੈਸਟ ਜਿਹੜਾ ਉਹ ਕਰਨਾ ਪੈ ਗਿਆ ਕਿਉਂਕਿ ਸਰਕਾਰ ਜਿਹੜੀ ਹੈ ਉਹ ਸਾਰਿਆਂ ਦੇ ਮੂਹਰੇ ਜਿਹੜੀ ਉਹ ਨੰਗੀ ਜਿਹੜੀ ਸਾਬਤ ਹੋ ਚੁੱਕੀ ਹੈ ਬੇਸ਼ਰਮ ਹੋ ਚੁੱਕੀ ਹੈ ਕਿ ਉਹ ਕਿਸੇ ਦੀ ਜਿਹੜੀ ਉਹ ਸਾਰ ਨਹੀਂ ਲੈ ਰਹੀ ਬੇਰੁਜ਼ਗਾਰ ਜਿਹੜੇ ਉਹ ਗੁਹਾਰ ਲਾ ਰਹੇ ਨੇ ਟਾਵਰ ਦੇ ਉੱਪਰ ਬੈਠ ਕੇ ਮੌਤ ਨਾਲ ਲੜ ਰਹੇ ਨੇ ਪਰੰਤੂ ਉਹਨਾਂ ਦੀ ਸਾਰ ਜਿਹੜੀ ਉਹ ਨਹੀਂ ਲਈ ਜਾ ਰਹੀ ਪਰੰਤੂ ਕਿਸੇ ਪਾਸੇ ਦੇਖਿਆ ਜਾਵੇ ਤਾਂ ਜਿਹੜੇ ਕੈਪਟਨ ਸਾਹਿਬ ਨੇ ਉਹ ਵੀਡੀਓ ਕਾਲ ਕਰਕੇ ਕਈਆਂ ਨੂੰ ਜਿਹੜਾ ਹੈ ਉਹ ਗੱਲਬਾਤ ਰਾਹੀਂ ਜਿਹੜਾ ਹੈ ਉਹਨਾਂ ਨੂੰ ਰੁਜ਼ਗਾਰ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਟਾਵਰ ਦੇ ਉੱਪਰ ਚੜ੍ਹੇ ਹੋਏ ਅੱਜ 100 ਦਿਨ ਤਕਰੀਬਨ ਹੋ ਚੱਲੇ ਨੇ ਉਸ ਦੀ ਸਾਰ ਕਿਉਂ ਨਹੀਂ ਲਈ ਜਾ ਰਹੀ ਉਸ ਨਾਲ ਵੀਡੀਓ ਕਾਲ ਕਿਉਂ ਨਹੀਂ ਕੀਤੀ ਜਾ ਰਹੀ ਕਿ ਤੁਹਾਨੂੰ ਵੀ ਜਿਹੜਾ ਉਹ ਰੁਜ਼ਗਾਰ ਜਿਹੜਾ ਉਹ ਦਿੱਤਾ ਜਾ ਰਿਹਾ ਸਾਡੀਆਂ 2364 ਪੋਸਟਾਂ ਪਹਿਲਾਂ ਹੀ ਜਿਹੜੀਆਂ ਉਹ ਵਲੰਟੀਅਰ ਉਹਨਾਂ ਦੇ ਵਿੱਚ ਐਡ ਕਰਕੇ ਉਹ ਜਿਹੜੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਅਤੇ ਨਵੀਂ ਭਰਤੀ ਦਾ ਜਿਹੜਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਵੀ ਨਹੀਂ ਦਿੱਤਾ ਜਾ ਰਿਹਾ ਸੋ ਇਸ ਨੂੰ ਲੈ ਕੇ ਸਾਡਾ ਟਾਵਰ ਜਿਹੜਾ ਟਾਵਰ ਦੇ ਬੈਠਾ ਸਾਥੀ ਜਿਹੜਾ ਹੈ ਉਹ ਮਰਨ ਵਰਤ ਵੀ ਉਸਨੇ ਸ਼ੁਰੂ ਕੀਤਾ ਹੈ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਜਿਹੜੀਆਂ ਉਹ ਨਹੀਂ ਮੰਨੀਆਂ ਜਾਂਦੀਆਂ ਉਨੀ ਦੇਰ ਤੱਕ ਅਸੀਂ ਨੀਚੇ ਨਹੀਂ ਆਵਾਂਗੇ ਪਰੰਤੂ ਸਰਕਾਰ ਵੱਲੋਂ ਕੁਝ ਵੀ ਅਜੇ ਤੱਕ ਜਿਹੜਾ ਉਹ ਭਰੋਸਾ ਜਿਹੜਾ ਉਹ ਨਹੀਂ ਦਿੱਤਾ ਗਿਆ ਨਾ ਹੀ ਲਿਖਤੀ ਦੇ ਵਿੱਚ ਦਿੱਤਾ ਗਿਆ ਤੇ ਨਾ ਹੀ ਨੋਟੀਫਿਕੇਸ਼ਨ ਜਿਹੜਾ ਦਿੱਤਾ ਗਿਆ ਇਸ ਲਈ ਸਾਡਾ ਸਾਥੀ ਅਜੇ ਵੀ ਟਾਵਰ ਦੇ ਉੱਪਰ ਡਟਿਆ ਹੋਇਆ ਇੱਥੇ ਜਿਹੜਾ ਪ੍ਰੋਟੈਸਟ ਹੁਣ ਤੁਸੀਂ ਕਿਸ ਤਰ੍ਹਾਂ ਇੱਥੇ ਬੈਠ ਕੇ ਕਰੋਗੇ ਜਾਂ ਵਾਪਸੀ ਤੁਸੀਂ ਇੱਥੋਂ ਜਾਓਗੇ ਦੇਖੋ ਅੱਜ ਦਾ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਇਹ ਸੀਗਾ ਵੀ ਸਰਕਾਰ ਕਿਸੇ ਨਾ ਕਿਸੇ ਤੱਕ ਤਾਂ ਸਾਰ ਲਵੇ ਸਾਡੀ ਅੱਜ ਅਸੀਂ ਰੋਸ ਵਜੋਂ ਆਪਦੀ ਸ਼ਰਟਾਂ ਉਤਾਰ ਕੇ ਜਿਹੜਾ YPS ਚੌਂਕ ਮੋਤੀ ਮਹਿਲ ਦੇ ਕੋਲ ਆਏ ਹਾਂ ਇਹ ਆਵਾਜ਼ ਦੇਣ ਆਏ ਹਾਂ ਕਿ ਸਾਡਾ ਸਾਥੀ ਸੁਰਿੰਦਰਪਾਲ ਜੇਕਰ ਉਸ ਦੇ ਨਾਲ ਕੋਈ ਅਣਸੁਖਾਵੀ ਘਟਨਾ ਹੁੰਦੀ ਹੈ ਜੇਕਰ ਉਸ ਦੀ ਜਾਨ ਇੱਥੋਂ ਜਾਂਦੀ ਹੈ ਤਾਂ ਅਸੀਂ ਇਸ ਲਈ ਚੇਤਾਵਨੀ ਦੇਣ ਆਏ ਹਾਂ ਕਿ ਟਾਵਰ ਦੇ ਥੱਲੋਂ ਇੱਕ ਸੁਰਿੰਦਰਪਾਲ ਦੀ ਲਾਸ਼ ਨਹੀਂ ਜਾਊਗੀ ਇੱਥੋਂ ਹੋਰ ਵੀ ਹਜ਼ਾਰਾਂ ਦੇ ਲਾਸ਼ਾਂ ਜਿਹੜੀਆਂ ETT ਵਾਲਿਆਂ ਦੇ ਜਾਣਗੀਆਂ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਕੈਪਟਨ ਸਰਕਾਰ ਦੀ ਹੋਊਗੀ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਤੇ ਸਿਵਲ ਪ੍ਰਸ਼ਾਸਨ ਨੂੰ ਅਸੀਂ ਦੱਸ ਦਈਏ ਕਿ ਉਸ ਨੂੰ ਇੱਥੇ ਇਹ ਲਾਸ਼ਾਂ ਸੰਭਾਲਣੀਆਂ ਜਿਹੜੀਆਂ ਔਖੀਆਂ ਹੋ ਜਾਣਗੀਆਂ ਇਸ ਲਈ ਅਸੀਂ ਚੇਤਾਵਨੀ ਦੇਣ ਆਏ ਹਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਬਿਲਕੁਲ ਜਿਹੜੀਆਂ ਜਾਇਜ਼ ਨੇ ਉਹ ਮੰਨ ਲਈਆਂ ਜਾਣ ਤਾਂ ਜੋ ਸੁਰਿੰਦਰਪਾਲ ਦੀ ਸਾਥੀ ਦੀ ਜਿਹੜੀ ਉਹ ਜਾਨ ਬਚਾਈ ਜਾ ਸਕੇ ਸਾਡੇ ਗੁਰੂਆਂ ਨੇ ETT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਜਿਹੜਾ YPS ਚੌਂਕ ਤੇ ਅੱਜ ਕੱਪੜੇ ਉਤਾਰ ਕੇ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਗਿਆ ਕਿਉਂਕਿ 4.5 ਸਾਲਾਂ ਤੋਂ ਅਸੀਂ ਕਈ ਪੈਰਾਂ ਦੀਆਂ ਜੁੱਤੀਆਂ ਇੱਥੇ ਆ ਕੇ ਤੋੜਨੀਆਂ ਕਈ ਵਾਰ ਸਾਡੇ ਤੇ ਤਸ਼ੱਦਦ ਕੀਤੇ ਗਏ ਲਾਠੀ ਚਾਰਜ ਹੈ ਉਹ ਕੀਤਾ ਗਿਆ ਔਰ ਸਾਡੀਆਂ ਭੈਣਾਂ ਨੂੰ ਚੁੰਨੀਆਂ ਖਿੱਚੀਆਂ ਗਈਆਂ ਗੁੱਤਾਂ ਤੋਂ ਫੜ ਕੇ ਵੀ ਜਿਹੜਾ ਉਹ ਖਿੱਚਿਆ ਗਿਆ ਔਰ ਸਾਡਾ ਸਾਥੀ ਸੁਰਿੰਦਰਪਾਲ ਲਗਾਤਾਰ ਜਿਹੜਾ 99 ਦਿਨਾਂ ਤੋਂ ਟਾਵਰ ਦੇ ਉੱਪਰ ਜਿਹੜਾ ਬੈਠਾ ਹੋਇਆ ਕੱਲ੍ਹ 98 ਦਿਨ ਦੇ ਵਿੱਚ ਜਦੋਂ ਉਹ ਸੀਗਾ ਤਾਂ ਉਹਦੀ ਤਬੀਅਤ ਹੈ ਜਿਹੜੀ ਉਹ ਖਰਾਬ ਹੋ ਗਈ ਜਿਹੜਾ ਉਹਦਾ ਸ਼ੂਗਰ ਲੈਵਲ ਹੈ ਉਹ 40% ਤੇ ਆ ਕੇ ਡਿੱਗ ਗਿਆ ਜਿਹਦੇ ਨਾਲ ਕਿ ਕਾਫੀ ਜ਼ਿਆਦਾ ਸਾਥੀ ਨੂੰ ਘਬਰਾਹਟ ਹੋਣ ਲੱਗ ਗਈ ਔਰ ਜਿਹੜਾ ਉਹਦਾ ਸਰੀਰ ਹੈ ਉਹ ਦੁਖਣ ਜਿਹੜਾ ਲੱਗ ਗਿਆ ਅੱਜ ਸਰਕਾਰ ਇਸ ਚੀਜ਼ ਦਾ ਇੰਤਜ਼ਾਰ ਕਰ ਲਈ ਹੈ ਕਿਉਂਕਿ ਅੱਜ 99 ਦਿਨ ਵਿੱਚ ਵੀ ਸਾਡੀ ਕੋਈ ਸਾਰ ਨਹੀਂ ਕਰ ਲਏਗੀ ਸਰਕਾਰ ਇਸ ਚੀਜ਼ ਦੀ ਜਿਹੜੀ ਵੇਟ ਕਰ ਰਹੀ ਹੈ ਕੋਈ ਦੁਰਘਟਨਾ ਘਟੇ ਜਿਹੜਾ ਸਾਥੀ ਹੈ ਉਹ ਜਿਹੜਾ ਇਸ ਦੁਨੀਆ ਤੋਂ ਜਾਵੇ ਰੁਖਸਤ ਹੋਵੇ ਤਾਂ ਫਿਰ ਜਿਹੜੀ ਉਹਦੀ ਸਾਰ ਹੈ ਜਿਹੜੀ ਉਹ ਲਈ ਜਾਵੇ ਔਰ ਫਿਰ ਜਿਹੜਾ ਉਹਦੇ ਪਰਿਵਾਰਕ ਮੈਂਬਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਹੜੀ ਨੌਕਰੀ ਹੈ ਉਹਦੇ ਪਰਿਵਾਰਕ ਮੈਂਬਰ ਲੇਕਿਨ ਅਸੀਂ ਇੱਦਾਂ ਨਹੀਂ ਹੋਣ ਦੇਵਾਂਗੇ ਰੁਜ਼ਗਾਰ ਜਿਹੜਾ ਜਿਉਂਦੇ ਜੀ
ਜਿਹੜਾ ਅਸੀਂ ਮੰਗਣਾ ਮੰਗ ਰਹੇ ਹਾਂ ਸਾਨੂੰ ਜਿਹੜਾ ਰੁਜ਼ਗਾਰ ਹੈ ਉਹ ਮੁਹੱਈਆ ਕਰਾਇਆ ਜਾਵੇ, ਜਿਹਦੇ 'ਚ ਜਿੰਨੀਆਂ ਵੀ ਮੰਗਾਂ ਨੇ ਜਿਹੜੀਆਂ ਇਹਨਾਂ ਦੇ ਟੇਬਲ ਦੇ ਉੱਪਰ ਮੰਗ ਪੱਤਰ ਦੇ ਕੇ 4.5 ਸਾਲਾਂ ਤੋਂ ਥੱਕ ਗਏ ਇਹਨਾਂ ਦੇ ਟੇਬਲ ਦੇ ਉੱਪਰ ਪਈਆਂ ਨੇ, ਕਿ ਜਿਹੜੀ 9000 ਭਰਤੀ ਹੈ ETT ਨੂੰ ਪ੍ਰੈਫਰੈਂਸ ਦੇ ਕੇ ਉਹ ਦਿੱਤੀ ਜਾਵੇ, 2364 ਪੋਸਟਾਂ ਜਿਹੜੇ ਪ੍ਰੈਫਰੈਂਸ ਦੇ ਆਧਾਰ 'ਤੇ ਜਿਹੜੀਆਂ ਪੂਰੀਆਂ ਕੀਤੀਆਂ ਜਾਣ। ਇਹ ਹਰ ਵਾਰ ਸਾਨੂੰ ਮੀਟਿੰਗ ਦੇ ਵਿੱਚ ਕਹਿੰਦੇ ਨੇ ਕਿ ਜਿਹੜੀਆਂ 2364 ਪੋਸਟਾਂ ਨੇ ਉਹ ਜਿਹੜੀਆਂ ਕੋਰਟ ਦੇ ਵਿੱਚ ਨੇ, ਜੇ ਉਹ ਕੋਰਟ ਦੇ ਵਿੱਚ ਨੇ ਤਾਂ ਦੂਜੀ ਮੰਗ ਸਾਡੀ 10000 ਪੋਸਟ ਦੀ ਹੈ, 10 ਤੋਂ 12000 ਪੋਸਟ ਦੀ ETT ਨੂੰ ਪ੍ਰੈਫਰੈਂਸ ਦੇ ਆਧਾਰ 'ਤੇ ਦਿੱਤੀ ਹੈ, ਫਿਰ ਉਹ ਦੇ ਦਿਓ। ਦੂਜੀ ਮੰਗ ਤਾਂ ਸਾਡੀ ਪੂਰੀ ਕਰ ਦਿਓ, ਕੋਰਟ ਦੇ ਵਿੱਚ ਤਾਂ ਉਹ ਹੈਗੀ ਹੈ। ਦੂਜੀ ਗੱਲ ਕਿ ਉਹ ਬੰਦਾ ਸਾਡਾ ਸਿਲੈਕਟਡ ਕੈਂਡੀਡੇਟ ਹੈ, ਕਿਉਂਕਿ 47-15 ਲੈ ਕੇ ਜਿਹੜੇ ਕੱਚੇ ਅਧਿਆਪਕ ਨੇ 62 ਨੰਬਰਾਂ 'ਤੇ ਮੈਰਿਟ ਕਰੀ SC ਭਾਈਚਾਰੇ ਦੀ, ਔਰ ਉਹ ਬੰਦਾ ਜਿਹੜਾ 52 ਨੰਬਰ ਨੇ ਉਹ ਸਾਥੀ ਦੇ, ਅਗਰ ਉਹ 10 ਨੰਬਰ ਉਹ ਕਟਿੰਦੇ ਨੇ BEd ਬਾਹਰ ਹੁੰਦੀ ਹੈ ਅਤੇ 2364 ਪੋਸਟਾਂ ਦੇ ਵਿੱਚ ਆਰਾਮ ਨਾਲ ਨੰਬਰ ਆਉਂਦਾ ਸਾਥੀ ਦੇ। ਸਾਥੀ ਦੀ ਮੰਗ ਕੀ ਹੈ? ਮੰਗ ਇਹ ਹੈ ਕਿ 2364 ਪੋਸਟਾਂ ਦੇ ਪ੍ਰੈਫਰੈਂਸ ਦੇ ਕੇ ਉਹਨੂੰ ਭਰਤੀ ਹੈ ਜਿਹੜਾ ਉਹ ਕੀਤਾ ਜਾਵੇ, 8 ਤੋਂ 10 ਹਜ਼ਾਰ ਪੋਸਟ ਹੈ ਜਿਹੜੀ ਪ੍ਰੈਫਰੈਂਸ ਦੇ ਆਧਾਰ 'ਤੇ ਉਹ ਦਿੱਤੀ ਜਾਵੇ। ਜਿਹੜੀ ਇਹ ਕਹਿੰਦੇ ਨੇ ਪੋਸਟਾਂ ਨੇ ਜਿਹੜੀਆਂ ਕੋਰਟ ਦੇ ਵਿੱਚ ਨੇ, ਜੇ ਉਹਨੂੰ ਛੱਡ ਵੀ ਦਈਏ ਤਾਂ 8 ਤੋਂ 10 ਹਜ਼ਾਰ ਭਰਤੀ ਜਿਹੜੀ ਪ੍ਰੈਫਰੈਂਸ ਦੇ ਆਧਾਰ 'ਤੇ ETT ਨੂੰ ਦਿੱਤੀ ਜਾਵੇ। ਇਹਨਾਂ ਮੰਗਾਂ ਦੇ ਉੱਤੇ ਲਗਾਤਾਰ ਸਾਥੀ ਜਿਹੜਾ ਉਹ ਲੜ ਰਿਹਾ। ਸਾਥੀ ਨੂੰ ਇਨਸਾਫ ਦਿਓ, ਇਨਸਾਫ ਦਿਓ, ਇਨਸਾਫ ਦਿਓ। ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਰਕਾਰਾਂ ਕਰਦੀਆਂ ਕੀ? ਫੇਰਾ ਫੇਰੀ 420 ਜਿੱਦੀ ਟੱਪਾ ਚੁਣੀਆਂ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਪਾਵਰ ਤੇ ਬੈਠੇ ਸਾਥੀ ਨੂੰ ਇਨਸਾਫ ਦਿਓ, ਇਨਸਾਫ ਦਿਓ, ਇਨਸਾਫ ਦਿਓ। ਬੈਠਾ ਤੇ ਤੇਰੇ ਕੁਰਕੇ ਤੋਂ ਖਿੱਚ ਲਵਾਨੇ ਕੁਰਸੀ ਤੋਂ, ਸਰਕਾਰ ਨੇ ਪਾਇਆ ਕੰਦ ਖੋਲੇ ਠੇਕੇ ਸਕੂਲ ਬੰਦ। ਪਾਵਰ ਤੇ ਬੈਠੇ ਸਾਥੀ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਪਾਵਰ ਤੇ ਬੈਠੇ ਸਾਥੀ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਬੈਠਾ ਤੇ ਤੇਰੇ ਕੁਰਕੇ ਤੋਂ ਖਿੱਚ ਲਵਾਗੇ ਕੁਰਸੀ ਤੋਂ, ਪਾਵਰ ਤੇ ਬੈਠੇ ਸਾਥੀ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਹੱਕਾਂ ਲਈ ਜੋ ਲੜਦੇ ਲੋਕ, ਜੇਲ੍ਹਾਂ ਤੋਂ ਨਹੀਂ ਡਰਦੇ ਲੋਕ, ਹੱਕਾਂ ਲਈ ਜੋ ਲੜਦੇ ਲੋਕ, ਜੇਲ੍ਹਾਂ ਤੋਂ ਨਹੀਂ ਡਰਦੇ ਲੋਕ। ਤੇ ਸਾਨੂੰ ਇਨਸਾਫ ਦਿਓ, ਜਾਵੇ ਗੋਲੀ ਮਾਰ ਦਿਓ। ਤੇ ਸਾਨੂੰ ਇਨਸਾਫ ਦਿਓ, ਜਾਵੇ ਗੋਲੀ ਮਾਰ ਦਿਓ। ਇਹ ਸਰਕਾਰਾਂ ਕਰਦੀਆਂ ਕੀ? ਫੇਰਾ ਫੇਰੀ 420 ਇਹ ਸਰਕਾਰਾਂ ਕਰਦੀਆਂ ਕੀ? ਫੇਰਾ ਫੇਰੀ 420 ਆਪਣੇ ਚਮਚੇ ਨੂੰ ਨੌਕਰੀ ਦੇਣ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਆਪਣੇ ਚਮਚੇ ਨੂੰ ਨੌਕਰੀ ਦੇਣ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਇਹ ਸਰਕਾਰਾਂ ਕਰਦੀਆਂ ਕੀ? ਫੇਰਾ ਫੇਰੀ 420 ਨਕਮੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਹੱਕਾਂ ਲਈ ਜੋ ਲੜਦੇ ਲੋਕ, ਜੇਲ੍ਹਾਂ ਤੋਂ ਨਹੀਂ ਡਰਦੇ ਲੋਕ, ਹੱਕਾਂ ਲਈ ਜੋ ਲੜਦੇ ਲੋਕ, ਜੇਲ੍ਹਾਂ ਤੋਂ ਨਹੀਂ ਡਰਦੇ ਲੋਕ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਮਰਜ਼ੀ ਵਰਖੀ ਪੈਚੇ ਸਤਿ ਨੂੰ ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ। ਸਤਿ ਸ੍ਰੀ ਅੰਦਰ ਪਾ ਨੂੰ ਲਾਲ ਸਲਾਮ, ਲਾਲ ਸਲਾਮ।